ਸਤਿ ਸ਼੍ਰੀ ਅਕਾਲ ਮੈਂ ਹਰਮਿੰਦਰ ਕੌਰ ਆਮ ਆਦਮੀ ਪਾਰਟੀ ਤੋਂ ਇੱਕ ਪਾਰਟੀ ਵਰਕਰ ਹਾਂ ਰਮਨੀਤ ਸਿੰਘ ਰੰਧਾਵਾ ਜੀ ਨੂੰ ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ ਦੀ ਚੇਅਰਮੈਨੀ ਮਿਲਣ ਤੇ ਅੱਜ ਅਸੀਂ ਵਧਾਈਆਂ ਦੇਣ ਆਏ ਹਾਂ ਤੇ ਅਸੀਂ ਮਾਨ ਸਰਕਾਰ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਹਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜ਼ਿੰਮੇਵਾਰੀ ਦੇ ਕੇ ਇਹਨਾਂ ਨੂੰ ਨਿਯੁਕਤ ਕੀਤਾ ਹੈ ਧੰਨਵਾਦ ਮਾਨ ਸਰਕਾਰ ਅੱਜ ਅਸੀਂ ਇਕੱਠੇ ਹੋਏ ਹਾਂ ਵੀਰ ਰਮਨੀਤ ਰੰਧਾਵਾ ਜੀ ਨੂੰ ਵਧਾਈਆਂ ਦੇਣ ਵਾਸਤੇ ਸਾਡੇ ਇਹ ਪੁਰਾਣੇ ਜਿਹੜੇ ਪਾਰਟੀ ਦੇ ਸਿਪਾਹੀ ਨੇ ਅੱਜ ਉਹਨਾਂ ਨੂੰ ਮਾਣ ਸਨਮਾਨ ਨਾਲ ਪਾਰਟੀ ਨੇ ਨਵਾਜਿਆ ਚੇਅਰਮੈਨ ਦਿੱਤੀ ਇੰਪਰੂਵਮੈਂਟ ਟਰੱਸਟ ਤੁਹਾਡੇ ਸੁਲਤਾਨਪੁਰ ਲੋਧੀ ਦੀ ਤਾਂ ਉਹਨਾਂ ਦੀ ਖੁਸ਼ੀਆਂ ਦੇ ਵਿੱਚ ਵਾਧਾ ਕਰਨ ਵਾਸਤੇ ਉਹਨਾਂ ਨੂੰ ਵਧਾਈ ਦੇਣ ਵਾਸਤੇ ਅਸੀਂ ਅੱਜ ਸਾਰੇ ਇੱਥੇ ਇਕੱਠੇ ਹੋਏ ਹਾਂ ਅਤੇ ਇਹੋ ਹੀ ਪਰਮਾਤਮਾ ਅੱਗੇ ਦੁਆ ਕਰਨੇ ਹਾਂ ਕਿ ਇਹ ਪਾਰਟੀ ਆਪਣੇ ਮਿਹਨਤੀ ਵਰਕਰਾਂ ਦਾ ਸਤਿਕਾਰ ਇਸੇ ਤਰ੍ਹਾਂ ਹੀ ਕਰਦੀ ਰਹੇ ਉਹਨਾਂ ਦਾ ਮਾਣ ਵਧਾਉਂਦੀ ਰਹੇ ਔਰ ਆਮ ਲੋਕ ਜਿਹੜੇ ਨੇ ਉਹਨਾਂ ਦਾ ਹੌਸਲਾ ਜਿਹੜਾ ਬੁਲੰਦ ਹੋਵੇ ਅਤੇ ਪਾਰਟੀ ਦੇ ਨਾਲ ਜੁੜਨ ਕਿਉਂਕਿ ਇੱਕ ਨੂੰ ਦੇਖ ਕੇ ਦੂਸਰੇ ਦਾ ਹੌਸਲਾ ਵੱਧਦਾ ਕਿ ਜੇਕਰ ਆਮ ਲੋਕਾਂ ਨੂੰ ਜਿਹਨਾਂ ਨੇ ਮਿਹਨਤ ਕੀਤੀ ਉਹ ਇਸ ਤਰ੍ਹਾਂ ਸਤਿਕਾਰਿਆ ਜਾਂਦਾ ਤਾਂ ਸਮਾਜ ਦੇ ਵਿੱਚ ਇੱਕ ਆਮ ਲੋਕਾਂ ਨੂੰ ਵੀ ਇਹ ਮੈਸੇਜ ਆਉਂਦਾ ਵੀ ਪਾਰਟੀ ਕਿਸੇ ਦਾ ਵੀ ਜਿਹੜਾ ਹੱਕ ਨਹੀਂ ਰੱਖਦੀ ਮਿਹਨਤ ਦਾ ਮੁੱਲ ਪਾਉਂਦੀ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਵੀਰ ਨੂੰ ਲੱਕੀ ਰੰਧਾਵਾ ਜੀ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਅੱਜ ਪਾਰਟੀ ਨੇ ਸਨਮਾਨਿਆ ਸਨਮਾਨਿਤ ਕੀਤਾ ਔਰ ਬਹੁਤ ਸਾਰੇ ਵਰਕਰ ਆ ਜਾ ਰਹੇ ਨੇ ਔਰ ਇਹ ਬੜਾ ਖੁਸ਼ੀ ਦਾ ਵਾਤਾਵਰਨ ਹੈ ਜਿਹਦੇ ਵਿੱਚ ਅੱਜ ਅਸੀਂ ਬੈਠੇ ਹਾਂ ਅਤੇ ਬਸ ਇਹੋ ਸਾਡਾ ਅੱਜ ਦਾ ਮੋਟੋ ਹੈਗਾ ਅਸੀਂ ਚਾਹੁੰਦੇ ਹਾਂ ਕਿ ਪਾਰਟੀ ਤਰੱਕੀਆਂ ਕਰਦੀ ਰਹੇ।